ਜਾਂ ਸ਼ਾਰਟ ਮੂਰੀ ਰੈਡੀ ਕਰਨੀ ਹੈ ਕਿਵੇਂ ਕਰਨੀ ਹੈ? ਪਹਿਲਾਂ ਬੈਰਿੰਗ ਪਾਉਣਾ ਗਾ 6007 ਦਾ ਜੈਡ ਡਬਲ ਜੈਡ, ਠੀਕ ਹੈ? ਬੈਰਿੰਗ ਕੁੱਟ ਕੇ ਫਿਰ ਪਾ ਦੇਣਾ ਤੁਸੀਂ ਲੌਕ ਦੂਜੇ ਪਾਸੇ, ਦੂਜੇ ਪਾਸੇ ਪਾਉਗੀ ਐਂ ਬਣ ਗਿਆ ਨਾ, ਉਹ ਰੈਡੀ ਹੋ ਗਿਆ ਨਾ। ਅੱਜ ਦੇ ਹੁਣ ਸ਼ਾਰਟ ਪਾਉਣਗੇ, ਸ਼ਾਰਟ ਆ ਪੈ ਗਈ ਸ਼ਾਰਟ। ਓਕੇ ਆ ਚੀਜ਼ ਦੇਖ ਲੈਣੀ ਵੀ ਦਾਗੀ ਦੂਗੀ ਤਾਂ ਨਹੀਂ ਹੋਈ। ਹਾਂ ਨਾਲੇ ਚੈੱਕ ਕਰ ਲਈ ਵੀ ਦਾਗੀ ਦੂਗੀ ਤਾਂ ਨਹੀਂ, ਕਈ ਵਾਰੀ ਖਰਾਬ ਹੁੰਦੀ ਹੈ ਫਿਰ ਇਹ ਟਾਇਰ ਹੁੰਦੀ ਆ, ਫੋਰ ਵੀਲ ਆਟੋਮੈਟਿਕ ਔਨ ਹੋ ਜਾਂਦਾ ਗਾ ਜੋ ਰਾਹ ਚੱਲਦੀ ਆ, ਤੇਜ਼ ਚੱਲਦੀ ਆ, ਸਲੋਅ ਤਾਂ ਨਹੀਂ ਪਤਾ ਲੱਗਦਾ, ਤੇਜ਼ ਪਤਾ ਲੱਗਦਾ ਗਾ, ਠੀਕ ਹੈ ਨਾ। ਆ ਹੁਣ ਸ਼ਾਰਟ ਪਾਉਣਗੇ, ਆਓ ਜੀ। ਹਾਂ ਜੇ ਡਾਲ ਦਿਆ ਐਂ ਕੁੱਟਣੀ ਆ, ਠੀਕ ਹੈ ਪਿਆਰ ਨਾਲ ਜਾਊ ਦੇ ਝੀਰੀ ਦੀ ਸੱਟ ਨਹੀਂ ਲਾਉਣੀ ਹੈਗੀ, ਦੇਖ ਕੇ ਕਰਨਾ। ਹਾਂ ਝੀਰੀ ਦੀ ਸੱਟ ਨਹੀਂ ਲਾਉਣੀ, ਸ਼ਾਰਟ ਦੀ ਵੀ ਵਾਲੀ ਸੱਟ ਲਿਓ, ਜਾਂ ਗੁਟਕਾ ਲਾ ਕੇ ਜਾਂ ਲੱਕੜ ਦਾ, ਜਾਂ ਕੋਈ ਰਬੜ ਲਾ ਕੇ ਸੱਟ ਲਾਉਣੀ ਹੈ, ਕਿਉਂਕਿ ਮਾੜੀ ਜਿਹੀ ਹੋ ਗਈ ਨਾ ਇਹ, ਫਿਰ ਉਹ ਪੈਣੀ ਨਹੀਂ ਹੈਗੀ। ਹਾਂ ਦੇ ਲੱਗ ਗਈ ਨਾ ਘੁੰਮਣ, ਵਧੀਆ ਈਜ਼ੀ ਆ ਨਾ ਜਮਾਂ। ਜੇ ਮਾੜਾ ਜਿਹਾ ਬਲੋਕ ਉੱਪਰ ਉੱਠ ਖੜੇ ਨਾ ਤਾਂ ਪੇਸ ਕਰਨਾ, ਮਾੜੀ ਮਾੜੀ ਸੱਟ ਲਾ ਦੇ, ਠੀਕ ਹੈ ਨਾ। ਹਾਂ ਦੇਖ ਹੁਣ ਸੱਟ ਲਾਉਣਗੇ, ਐਂ ਕਰਕੇ ਨਾ ਮਾੜੀ ਜਿਹੀ ਸੱਟ ਮਾਰ ਦੇਣੀ। ਉਹ ਬਹਿ ਗਿਆ ਦੇਖੋ, ਉਹ ਜਿਹੜਾ ਲੋਕ ਆ ਨਾ ਵਿੱਚ ਉਹ ਬਹਿ ਜੂਗਾ, ਫਿਰ ਆਹ ਦੇਖੋ ਜਮਾਂ ਬਹਿ ਗਿਆ ਵਿੱਚ, ਠੀਕ ਹੈ। ਉਹ ਲੋਕ ਲੱਗ ਗਿਆ, ਠੀਕ ਹੈ ਨਾ। ਆਹ ਦੇਖੋ ਜੀ ਹੁਣ 35-62-10 ਨੰਬਰ ਸੀਲ ਪੈਂਦੀ ਹੈ ਜੀ, 35-62-10 ਦੂਰ ਦਿਖਾ ਮੜਾ। ਆਹ ਦੇਖੋ 35-62-10 ਐਂ ਪਾਉਣੀ ਹੈ ਬਸ, ਡਬਲ ਵਾਲੀ ਸੀਲ ਪੈਂਦੀ ਜੀ, ਡਬਲ ਵਾਲੀ ਸੀਲ 35-62-10 ਸੇਮ ਡਬਲ ਸੇਮ ਹੀ ਪਾਉਣੀ ਹੈ, ਬਸ ਇਹ ਉੱਤੀ ਖੜਾ ਦੇਣੀ ਹੈ ਇਹ ਉਹਦੇ ਲੇਵਲ 'ਤੇ, ਗੇਅਰ ਦੇ ਲੇਵਲ 'ਤੇ। ਆਹ ਦੇਖੋ ਜੀ ਆਹ ਸੀਲ ਆ, ਸੀਲ ਨੰਬਰ ਹੈਗਾ 80-110-13, ਉਹਦੇ ਥੱਲੇ ਬੈਰਿੰਗ ਹੈਗਾ ਗਾ ਬੈਰਿੰਗ ਨਵਾਂ 60-14-6014-6014। ਇੱਕ ਜਿਹੜਾ ਉਹ ਜਮ੍ਹਾਂ ਥੱਲੇ ਲਾਸਟ 'ਤੇ ਬੈਰਿੰਗ ਹੈ ਉਹੀ ਸੇਮ 6007 ਡਬਲ ਜੈੱਡ, ਠੀਕ ਹੈ ਨਾ। ਆਪਾਂ ਉਹ ਜੀ ਹੁਣ ਸ਼ਾਫਟ ਦੇਖੋ ਆਹ ਪੈ ਗਈ ਸਿੱਧੀ, ਸਿੱਧੀ ਐਂ ਪਾ ਦੇਣੀ ਹੈ, ਇੱਧਰ ਦੀ ਆ ਜੂਗੀ, ਇੱਧਰ ਪਊਗਾ ਆਪਾਂ ਸਭ ਤੋਂ ਪਹਿਲਾਂ ਪਾਉਣਾ ਗਾ ਤੁਸੀਂ ਲੌਕ, ਇਹਦਾ ਵੱਡਾ ਲੌਕ ਦੇਖੋ ਜੀ।